ਨਸ਼ਿਆਂ ਤੇ ਠੱਲ ਪਾਉਣ ਲਈ ਐਕਸ਼ਨ 'ਚ ਦਿਖੇ ਸੀਐਮ ਕੈਪਟਨ। ਗੁਆਂਢੀ ਸੂਬਿਆਂ ਦੇ ਚਾਰ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ। ਪਾਕਿਸਤਾਨ ਤੋਂ ਆਉਣ ਵਾਲੇ ਨਸ਼ੇ ਖਿਲਾਫ ਪੰਜਾਬ ਨਾਲ ਇਕਜੁੱਟ ਹੋਏ ਗੁਆਂਢੀ ਸੂਬੇ। ਨਵਜੋਤ ਸਿੱਧੂ ਵੱਲੋਂ ਆਪਣੀ ਅੰਮ੍ਰਿਤਸਰ ਕੋਠੀ 'ਚ ਦੂਜੇ ਦਿਨ ਵੀ ਸਮਰਥਕਾਂ ਨਾਲ ਕੀਤੀ ਗਈ ਮੁਲਾਕਾਤ। ਗਰਮਜੋਸ਼ੀ ਨਾਲ ਮਿਲ ਕੇ ਆਏ ਸਮਰਥਕਾਂ ਨੇ ਦੱਸਿਆ ਸਿੱਧੂ ਦਾ ਹਾਲ, ਕਿਹਾ ਅੰਮ੍ਰਿਤਸਰ ਲਈ ਡਟਣਗੇ MLA ਸਾਹਿਬ। ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ 'ਚ ਲੱਗੀ ਭਿਆਨਕ ਅੱਗ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਪਾਇਆ ਗਿਆ ਕਾਬੂ। 15 ਅਗਸਤ ਦੀ ਪਰੇਡ ਲਈ ਰੱਖਿਆ ਸਮਾਨ ਹੋਇਆ ਸੜਕੇ ਸਵਾ। ਫਿਲਹਾਲ ਅੱਗ ਲੱਗਣ ਦਾ ਕਾਰਨ ਨਹੀਂ ਹੋ ਸਕਿਆ ਸਪਸ਼ਟ। ਪਟਿਆਲਾ 'ਚ ਲਾਪਤਾ ਭਰਾਵਾਂ ਦਾ ਚੌਥੇ ਦਿਨ ਵੀ ਨਹੀਂ ਮਿਲਿਆ ਕੋਈ ਸੁਰਾਗ। NDRF ਦੀ ਟੀਮ ਵੱਲੋਂ ਛੱਪੜ 'ਚ ਕੀਤੀ ਗਈ ਬੱਚਿਆਂ ਦੀ ਭਾਲ। ਪੁਲਿਸ ਵੱਲੋਂ ਬੱਚਿਆਂ ਨੂੰ ਜਲਦੀ ਲੱਭਣ ਦਾ ਦਿੱਤਾ ਗਿਆ ਭਰੋਸਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨਾਂ 'ਚ ਪੰਜਾਬ 'ਚ ਪਵੇਗਾ ਭਾਰੀ ਮੀਂਹ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦਿੱਤੀ ਜਾਣਕਾਰੀ, ਕਿਹਾ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਹੋਵੇਗੀ ਬਾਰਿਸ਼।